Pahaya bisa yuk. ਜਿਹੜਾ ਤੁਹਾਡਾ ਕੱਲ ਝਗੜਾ ਹੋਇਆ ਕਿਸ ਕਾਰਨ ਹੋਇਆ ਤੇ ਕੀ ਝਗੜਾ ਸਾਡੇ 8 ਮਰਲਿਆਂ ਦਾ ਪਲਾਂਟ ਹੈ ਪਿੰਡ ਲੱਖਾ ਹਾਜੀ ਜੋ ਕਿ ਪਿੰਡ ਦੇ ਮੈਂਬਰ ਨੇ ਕੁਝ ਦਰਸ਼ਨ ਸਿੰਘ ਚੰਨਾ ਸਿੰਘ ਜੱਸਾ ਸਿੰਘ ਉਹਨਾਂ ਨੇ ਆ ਕੇ ਸਾਡੇ ਤੇ 8 ਮਰਲਿਆਂ ਦੀ ਕਬਜ਼ਾ ਕੀਤਾ ਸਾਨੂੰ ਉਹਨਾਂ ਨੇ ਮਾਰਨ ਦੀ ਬਹੁਤ ਕੋਸ਼ਿਸ਼ ਕੀਤੀ ਮੇਰਾ ਪਤੀ ਮਲਕੀਤ ਸਿੰਘ ਨੂੰ ਜ਼ਖਮੀ ਕਰ ਗਏ ਤੇ ਟਰੈਕਟਰ ਮਾਰ ਕੇ ਸਾਡਾ ਕਮਰਾ ਸਾਰਾ ਟਾ ਦਿੱਤਾ ਮੇਰਾ ਸਹੁਰਾ ਸਭ ਥੱਲੇ ਨੀਚੇ ਆ ਗਏ ਉੱਥੇ ਉਹਨੂੰ ਖਿੱਚ ਕੇ ਅਸੀਂ ਬਾਹਰ ਕੱਢਿਆ ਤੇ ਮੇਰਾ ਪਤੀ ਨੂੰ ਅਸੀਂ ਹਸਪੀਟਲ ਜਾ ਕੇ ਐਡਮਿਟ ਕਰਵਾਇਆ ਸਾਡੇ ਸਪੈਦੇ ਸੀ 30-40 ਸਪੈਦਾ ਸਾਰਾ ਕੱਟ ਕੇ ਤਬਾਹ ਕਰ ਦਿੱਤਾ ਸਾਡੀਆਂ ਕੰਧਾਂ ਸਾਰੀਆਂ ਢਾਹ ਦਿੱਤੀਆਂ ਇੱਕਦਮ ਇੱਕ ਨਹੀਂ ਉੱਥੇ ਰਹਿਣ ਦਿੱਤਾ ਕੋਈ ਵੀ ਮੌਜੂਦਗਾ ਸਾਨੂੰ ਉੱਥੇ ਕਿਸੇ ਨੇ ਨਹੀਂ ਮਦਦ ਕੀਤੀ ਸਾਡੀ ਸਾਰੀ ਕਿਸੇ ਨੇ ਨਹੀਂ ਸਾਡੀ ਸੁਣੀ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਗਏ ਹਾਂ ਸਾਡੀ ਕਿਸੇ ਨੇ ਨਹੀਂ ਸੁਣੀ ਸਾਡੀ ਮਦਦ ਕੀਤੀ ਜਾਵੇ ਸਾਡੀ ਜਿੰਨਾ ਵੀ ਹੈ ਸਾਡੀ ਜੋ ਵੀ ਸਾਡਾ ਹੱਕ ਦਵਾਇਆ ਜਾਵੇ ਸਾਡੇ ਕਮਰਾ ਹੈ ਸਾਡੇ ਕੁਝ ਗਾਵਾਂ ਸਾਡੀਆਂ ਲੈ ਗਏ ਅਣਪਛਾਤੇ ਵਿਅਕਤੀ 30-40 ਬੰਦਾ ਸੀ ਜੋ ਸਾਡੇ ਘਰ ਦੇ ਤਬਾਹ ਕਰ ਦਿੱਤਾ ਗਿਆ ਸਾਡੇ ਕਮਰੇ ਸਾਰੇ ਢਾਹ ਦਿੱਤੇ ਗਏ ਸਾਨੂੰ ਇਨਸਾਫ ਦਵਾਇਆ ਜਾਵੇ ਪੇਟੀ ਸਾਡੀ ਖਾਲੀ ਕਰ ਦਿੱਤੀ ਗਈ ਕੁਛ ਨਹੀਂ ਸਾਡਾ ਘਰ ਦੇ ਵਿੱਚ ਛੱਡਿਆ ਗਿਆ ਇਹ ਤੁਹਾਡਾ ਜਿਹੜਾ ਘਰ ਸੀਗਾ ਕਿੰਨੇ ਚਿਰ ਤੋਂ ਤੁਸੀਂ ਉੱਥੇ ਰਹਿ ਰਹੇ ਹੋ ਅਸੀਂ 30-27 ਸਾਲ ਤੋਂ ਰਹਿ ਰਹੇ ਹਾਂ ਜੀ 10 ਸਾਲ ਹੋ ਗਏ ਸਾਡੇ ਸਪੈਦੇ ਲੱਗੇ ਨੂੰ ਜੀ ਵਿੱਚ ਸਾਡਾ ਇੱਕ ਕਮਰਾ ਬਣਿਆ ਹੋਇਆ ਹੈ ਕੀ ਇਹ ਕੋਈ ਜ਼ਮੀਨ ਕੋਈ ਸਰਕਾਰੀ ਸੀ ਜਾਂ ਕਿਸੇ ਲਾਲ ਲਕੀਰ ਦੀ ਥਾਂ ਹੈ ਜੀ 30 ਸਾਲ ਤੋਂ ਸਾਡਾ ਕਬਜ਼ਾ ਵਿੱਚ ਰਹਿ ਰਹੇ ਹਾਂ ਅਸੀਂ ਵਿੱਚ 30-37 ਇਹ ਕੌਣ ਹੈ ਦੋਸ਼ੀ ਕੌਣ ਹੈ ਜਿਹੜੇ ਜਿਨੇ ਇਹ ਸਾਰਾ ਕੁਝ ਕੀਤਾ ਇਹ ਜੱਸਾ ਸਿੰਘ ਆ ਜੀ ਸਰਪੰਚ ਆ ਚੰਨਾ ਸਿੰਘ ਆ ਜੀ ਦਰਸ਼ਨ ਸਿੰਘ ਆ ਜੀ ਛਿੰਦਾ ਸਿੰਘ ਆ ਜੀ ਉਹ ਦਰਬਾਰਾ ਸਿੰਘ ਆ ਜੀ ਸੰਦੀਪ ਸਿੰਘ ਆ ਜੀ ਸੁੱਖਾ ਸਿੰਘ ਆ ਜੀ ਕਰਨੈਲ ਸਿੰਘ ਆ ਜੀ ਕੁਝ ਬਾਹਰ ਦੇ ਬੰਦੇ ਅਣਪਛਾਤੇ ਲੈ ਕੇ ਸਾਡੇ ਘਰ ਤੇ ਹਮਲਾ ਕੀਤਾ ਗਿਆ ਸਰਪੰਚ ਕਿਲੀ ਵਾਲਾ ਸਰਪੰਚ ਹਾਂਜੀ ਉਹਨੇ ਕਲੀ ਵਾਲੇ ਸਰਪੰਚ ਸਿੰਘ ਕੋਲ ਖੜੋ ਕੇ ਉਹਨੇ ਸਾਡੇ ਸਪੈਦੇ ਪਟਵਾਏ ਗਏ ਨੇ ਟਰੈਕਟਰ ਮਾਰ ਕੇ ਸਾਡੀਆਂ ਕੰਧਾਂ ਸਾਰੀਆਂ ਤਬਾਹ ਕੀਤੀਆਂ ਗਈਆਂ ਨੇ ਹੁਣ ਤੁਹਾਡੀ ਮੰਗ ਕੀ ਹੈ ਕੀ ਸਾਡੀ ਮੰਗ ਇਹ ਆ ਵੀ ਸਾਨੂੰ ਸਾਡਾ ਹੱਕ ਦਵਾਇਆ ਜਾਵੇ ਸਾਡੀ ਮਦਦ ਕੀਤੀ ਜਾਵੇ ਸਾਡੀ ਸੁਣਵਾਈ ਕੀਤੀ ਜਾਵੇ ਵੀ ਸਾਡਾ ਜਿਹੜਾ ਤਬਾਹ ਕੀਤਾ ਗਿਆ ਸਾਡਾ ਘਰ ਉੱਥੇ ਵੇਖ ਕੇ ਸਾਡੀ ਸੁਣਵਾਈ ਕੀਤੀ ਜਾਵੇ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਉੱਥੇ ਪਿੱਛੇ ਚੱਲ ਉੱਥੇ ਮਜੀਤ ਕਿਵੇਂ ਇੱਧਰ ਕਿਵੇਂ ਖਲੋਣਾ ਹੀ ਕਿ ਤੇਰਾ ਇਰਾਦਾ ਨਹੀਂ ਤੂੰ ਖਲੋਣਾ ਹੀ ਕਿਵੇਂ ਤੇਰਾ ਇਰਾਦਾ ਕੀ ਹੋਣਾ ਤੇਰਾ ਇਰਾਦਾ ਕੀ ਹੋਣਾ ਕਿੱਥੇ
तू वडन देता है अपन की अपन विच हुंदी फिर रिकॉर्डिंग अपन का दी अपन वडन दे वडियां फिर की वडियां ए पर किधर रख रख किधर चक्के रख ने घरों में चुक लिया फिर